ਹਾਂਜੀ ਸਟਾਰਟ ਅਸੀਂ ਸਭ ਜਾਣਦੇ ਹਾਂ ਕਿ ਇਨਸਾਨ ਗਲਤੀਆਂ ਦਾ ਪਤਲਾ ਹੈ ਡੰਡੀ ਜ਼ਿਆਦਾਤਰ ਗਲਤੀ ਕੀਤੀ ਨਹੀਂ ਜਾਂਦੀ ਗਲਤੀ ਹੋ ਜਾਂਦੀ ਹੈ ਕਿਉਂਕਿ ਗਲਤੀ ਕਰਨ ਦਾ ਅਰਥ ਕੁਝ ਹੋਰ ਬਣਦਾ ਹੈ ਡੰਡੀ ਗਲਤੀ ਦਾ ਹੋਣਾ ਕੋਈ ਪਾਪ ਨਹੀਂ ਹੈ ਤੇ ਨਾ ਹੀ ਗਲਤੀ ਹੋਣ ਦਾ ਅਰਥ ਨਲਾਈਕੀ ਹੁੰਦਾ ਹੈ ਡੰਡੀ ਅਸਲ ਚ ਗਲਤੀ ਇੱਕ ਤਜਰਬਾ ਹੁੰਦਾ ਹੈ ਜੋ ਸਾਡੇ ਅੱਗੇ ਵਧਣ ਦਾ ਇੱਕ ਹੋਰ ਕਦਮ ਹੁੰਦਾ ਹੈ ਡੰਡੀ ਗਲਤੀ ਦਾ ਕਾਰਨ ਅਧੂਰੀ ਜਾਣਕਾਰੀ ਵੀ ਹੋ ਸਕਦੀ ਹੈ ਡੰਡੀ ਬਹੁਤ ਲੋਕ ਗਲਤੀ ਦਾ ਸਹੀ ਉਪਯੋਗ ਕਰਕੇ ਅੱਗੇ ਵਧਦੇ ਨਹੀਂ ਤੇ ਆਪਣੀ ਮੰਜ਼ਲ ਨੂੰ ਸਰ ਕਰ ਲੈਂਦੇ ਨੇ ਬਹੁਤ ਸਾਰੀ ਏਦਾਂ ਦੀ ਵੀ ਹੁੰਦੇ ਨੇ ਜੋ ਆਪਣੀ ਗਲਤੀ ਦਾ ਗਲਤ ਮਤਲਬ ਕੱਢ ਕੇ ਆਪਣੀ ਇਥੋਂ ਤੱਕ ਦੀ ਮਿਹਨਤ ਵੀ ਬੇਕਾਰ ਕਰ ਲੈਂਦੇ ਨੇ ਡੰਡੀ ਪਰ ਬਹੁਤ ਘੱਟ ਲੋਕ ਐਵੇਂ ਦੇ ਹੁੰਦੇ ਨੇ ਜੋ ਦੂਜਿਆਂ ਦੀਆਂ ਗਲਤੀਆਂ ਤੋਂ ਸਿੱਖ ਕੇ ਬਹੁਤ ਵੱਡਾ ਲਾਭ ਲੈਂਦੇ ਨੇ ਡੰਡੀ ਪੈਰਾ ਆਪਣੀ ਜ਼ਿੰਦਗੀ ਵਿੱਚ ਹਰ ਇਨਸਾਨ ਤੋਂ ਵੱਡੀਆਂ ਛੋਟੀਆਂ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਡੰਡੀ ਗਲਤੀ ਵੀ ਉਸ ਕੋਲੋਂ ਹੀ ਹੁੰਦੀ ਹੈ ਜੋ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਹੈ ਜਾਂ ਕੁਝ ਨਾ ਕੁਝ ਕਰਨ ਦੀ ਕੋਸ਼ਿਸ਼ ਕਰਦਾ ਹੈ ਡੰਡੀ ਗਲਤੀ ਬੇਲੇ ਬੈਠੇ ਕਿਸੇ ਨਕੰਮੇ ਕੋਲੋਂ ਨਹੀਂ ਹੋ ਸਕਦੀ ਡੰਡੀ ਆਪਣੀ ਜਨਮ ਤੋਂ ਬਾਅਦ ਪਹਿਲੇ ਦਿਨ ਹੀ ਚੱਲਣਾ ਨਹੀਂ ਸ਼ੁਰੂ ਕੀਤਾ ਜਾਂਦਾ ਡੰਡੀ ਸਕੂਲ 'ਚ ਪੜ੍ਹਦੇ ਵੇਲੇ ਪਹਿਲੇ ਦਿਨ ਅਸੀਂ ਸਭ ਕੁਝ ਸਹੀ ਨਹੀਂ ਸੀ ਕੀਤਾ ਡੰਡੀ ਕਾਲਜ ਯੂਨੀਵਰਸਿਟੀ ਦੀ ਪੜ੍ਹਾਈ 'ਚ ਵੀ ਗਲਤੀਆਂ ਹੋਈਆਂ ਡੰਡੀ ਗਲਤੀਆਂ ਹੋਈਆਂ ਫਿਰ ਵੀ ਸਿੱਖੇ ਅੱਗੇ ਵਧੇ ਡੰਡੀ ਉਸ ਤੋਂ ਬਾਅਦ ਕਿਤੇ ਨੌਕਰੀ ਕਰਦੇ ਵੇਲੇ ਗਲਤੀਆਂ ਹੋਈਆਂ ਡੰਡੀ ਇਹ ਸਭ ਗੱਲਾਂ ਦਾ ਮਤਲਬ ਇਹੀ ਹੈ ਕਿ ਗਲਤੀਆਂ ਜ਼ਿੰਦਗੀ ਖਤਮ ਜਾਂ ਤਬਾਹ ਕਰਨ ਲਈ ਨਹੀਂ ਹੁੰਦੀਆਂ ਡੰਡੀ ਗਲਤੀਆਂ ਕਰਨ ਨਾਲ ਅਸੀਂ ਕੁਝ ਨਵਾਂ ਸਿੱਖਦੇ ਹਾਂ ਚਾਹੇ ਉਹ ਸਾਡੀ ਉਸ ਗਲਤੀ ਤੋਂ ਅਸੀਂ ਖੁਦ ਸਿੱਖਿਆ ਹੋਵੇ ਜਾਂ ਸਾਨੂੰ ਸਿਖਾਇਆ ਹੋਵੇ ਤੇ ਜ਼ਾਹਿਰ ਸਾਡੀ ਉਸ ਗਲਤੀ ਤੋਂ ਕੋਈ ਹੋਰ ਸਿੱਖਿਆ ਹੋਵੇ ਡੰਡੀ ਅਸਲ ਵਿੱਚ ਇਹ ਗਲਤੀਆਂ ਨੂੰ ਅਸੀਂ ਜ਼ਿੰਦਗੀ ਦਾ ਤਜਰਬਾ ਕਹਿੰਦੇ ਹਾਂ ਡੰਡੀ ਜ਼ਰੂਰੀ ਇਹ ਨਹੀਂ ਕਿ ਤਜਰਬਾ ਗਲਤੀਆਂ ਤੋਂ ਹੀ ਆਵੇ ਪਰ ਗਲਤੀਆਂ ਹਰ ਤਜਰਬੇ ਦਾ ਇੱਕ ਅਹਿਮ ਹਿੱਸਾ ਹੁੰਦੀਆਂ ਨੇ ਡੰਡੀ ਕਿਸੇ ਹੋਰ ਦੀਆਂ ਗਲਤੀਆਂ ਤੋਂ ਸਿੱਖਣ ਵਾਲੇ ਲੋਕ ਜ਼ਿਆਦਾ ਕਾਮਯਾਬੀ ਹਾਸਲ ਕਰਦੇ ਨੇ ਡੰਡੀ ਪਹਿਰਾ ਸਾਨੂੰ ਸਾਡੀਆਂ ਗਲਤੀਆਂ ਨੂੰ ਲੁਕੋਣਾ ਨਹੀਂ ਚਾਹੀਦਾ ਸਗੋਂ ਦੱਸਣਾ ਚਾਹੀਦਾ ਹੈ ਤਾਂ ਕਿ ਤੁਹਾਡੀ ਉਸ ਗਲਤੀ ਤੋਂ ਹੋਰ ਵੀ ਸਿੱਖ ਸਕਣ ਡੰਡੀ ਮੈਂ ਆਪਣੇ ਵਿਦਿਆਰਥੀਆਂ ਨਾਲ ਜਾਂ ਆਪਣੇ ਦੋਸਤਾਂ ਵਿੱਚ ਆਪਣੀਆਂ ਉਹ ਗਲਤੀਆਂ ਸਾਂਝੀਆਂ ਕਰਦਾ ਹਾਂ ਜੋ ਮੈਨੂੰ ਲੱਗਣ ਕਿ ਉਹ ਮੇਰੀਆਂ ਉਹਨਾਂ ਗਲਤੀਆਂ ਤੋਂ ਕੁਝ ਸਿੱਖ ਸਕਦੇ ਨਹੀਂ ਜਾਂ ਇਹਨਾਂ ਦੇ ਕੰਮ ਆ ਸਕਦਾ ਹੈ ਮੇਰਾ ਇਹ ਤਜਰਬਾ ਡੰਡੀ ਮੇਰੀਆਂ ਜ਼ਿਆਦਾਤਰ ਗਲਤੀਆਂ ਤੇ ਹਾਸਾ ਆਉਂਦਾ ਇਸ ਨਾਲ ਹਾਸਾ ਠੱਠਾ ਵੀ ਹੋ ਜਾਂਦਾ ਡੰਡੀ ਪੈਰਾ ਲੋਕ ਗਲਤੀਆਂ ਕਰਦੇ ਨੇ ਪਰ ਹੁਣ ਜ਼ਿਆਦਾਤਰ ਲੋਕਾਂ ਵਿੱਚ ਆਕੜ ਵਾਲਾ ਰਵੱਈਆ ਦਿਖਦਾ ਹੈ ਡੰਡੀ ਅਸੀਂ ਦੇਖਦੇ ਹਾਂ ਕਿ ਲੋਕਾਂ ਕੋਲੋਂ ਗਲਤੀ ਹੋ ਜਾਂਦੀ ਹੈ ਪਰ ਉਹ ਮੰਨਣ ਨੂੰ ਤਿਆਰ ਹੀ ਨਹੀਂ ਹੁੰਦੇ ਡੰਡੀ ਗਲਤੀ ਮੰਨਣ ਨਾਲ ਗੱਲ ਖਤਮ ਹੋ ਜਾਂਦੀ ਹੈ ਸਾਹਮਣੀ ਵਾਲੇ ਦਾ ਗੁੱਸਾ ਸ਼ਾਂਤ ਹੋ ਜਾਂਦਾ ਹੈ ਡੰਡੀ ਪਰ ਗਲਤੀ ਮੰਨਣ ਨੂੰ ਨੀਮਾ ਹੋਣਾ ਸਮਝਿਆ ਜਾਂਦਾ ਹੈ ਡੈਂਡੀ ਸਟਾਪ